संदीप कौर मेरी नौनी जी, मेरी बेटी आ, मैं बहुत प्यार करती हाँ, मेरी बेटी विदेश चली आ, मैनू बहुत 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 ज़्यादा खुशी आई। नवंबर 2021 चल रहा, किते तो मेरा आयल्स एक्सपायर हो जाना सी, ते किते हुण मेरे हाथ में है यूके का वीज़ा, ते मैं 11 नवंबर नू फ्लाई कर रही हाँ। संदीप दा दो बार कनेडा दा वीज़ा रिफ्यूज़ हो गया सी, ये टुट चुके सन, पर मैं इन्हां नू हौसला दिता जी, असी वीज़ा पॉइंट कोल गए, आ साडा वीज़ा साढ़े हाथ च। हाँ जी, पहला हक तो उन्होंने ही है विदेश जाने का, जिन्होंने सब तो ज़्यादा मेहनत की है, इन्हों के हसबेंड ने, इन्हों के मोम डैड ने, उस तो बाद दिल तो साडा भी करता जी, साड़ी वारी भी आऊगी, असी भी जरूर जावांगे, क्योंकि साड़ी भी सिस्टर आ, साडा भी मन करता बाहर जाने। साड़ी बेटी का वीज़ा 6 दिन च आ गया जी, तुसी जी वीज़ा पॉइंट तो अप्लाई करो, तो सानू भी दस्यो जी तुहाडा वीज़ा किन्ने दिन च आउंदा जी। ਸਤਿ ਸ਼੍ਰੀ ਅਕਾਲ ਜੀ, ਵੀਜ਼ਾ ਪੁਆਇੰਟ ਪ੍ਰੈਜੈਂਟਸ ਉਡਾਨ ਸੁਪਨਿਆਂ ਦੀ ਇਸ ਸਕਸੈਸ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੈਂ ਪਹੁੰਚਿਆ ਮਲੋਟ ਸ਼ਹਿਰ ਦੇ ਨੇੜੇ, ਪਿੰਡ ਸਰਾਵਾਂ ਬੋਦਲਾ ਦੇ ਵਿੱਚ ਬਣੀ ਹੋਈ ਟਾਣੀ ਲਾਇਲਪੁਰੀਆ ਦੇ ਵਿੱਚ। ਜੀ ਹਾਂ ਦੋਸਤੋ, ਮੇਰੇ ਹੱਥ ਦੇ ਵਿੱਚ ਪਾਸਪੋਰਟ, ਤਾਂ ਦੇਖਦੇ ਹਾਂ ਕਿਹਨਾਂ ਦਾ ਵੀਜ਼ਾ ਆਇਆ। ਤਾਂ ਇਸ ਵੀਜ਼ਾ 'ਤੇ ਤੁਸੀਂ ਦੇਖ ਸਕਦੇ ਹੋ ਨਾਮ ਹੈ ਜੀ ਸੰਦੀਪ ਕੌਰ। ਸੰਦੀਪ ਕੌਰ ਜੀ ਦਾ ਯੂਕੇ ਦਾ ਵੀਜ਼ਾ ਆਇਆ, ਔਰ ਮੈਂ ਸੁਣਿਆ ਮੈਰਿਡ ਵੀ ਹੈਗੇ ਨੇ। ਤਾਂ ਅੱਜ ਕੱਲ੍ਹ ਦੀ ਅਗਰ ਗੱਲ ਕਰੀਏ ਤਾਂ ਕੁੜੀਆਂ ਕਿਸੇ ਵੀ ਮਾਇਨੇ ਦੇ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹੈ, ਚਾਹੇ ਉਹ ਕੁੜੀ ਦੀ ਸ਼ਾਦੀ ਹੋ ਚੁੱਕੀ ਹੈ। ਸ਼ਾਦੀ ਹੋਣ ਤੋਂ ਬਾਅਦ ਤਾਂ ਉਹਨਾਂ ਨੂੰ ਦੋ ਦੋ ਘਰ ਵੀ ਸੰਭਾਲਣੇ ਪੈਂਦੇ ਨੇ, ਪਹਿਲੇ ਪਿਛਲਾ ਮਾਂ ਪਿਓ ਦਾ ਘਰ ਔਰ ਅਗਲਾ ਸਹੁਰਿਆਂ ਦਾ ਘਰ ਵੀ। ਇਸ ਦੇ ਨਾਲ ਵੀ ਸਟੱਡੀ ਕਰਦੇ ਹੋਏ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਵੀ ਪੂਰਾ ਕਰਦੀਆਂ ਨੇ। ਆਓ ਤੁਹਾਨੂੰ ਮਿਲਵਾਉਂਦੇ ਹਾਂ ਸੰਦੀਪ ਕੌਰ ਜੀ ਦੇ ਨਾਲ ਅਤੇ ਉਹਨਾਂ ਦੀ ਫੈਮਿਲੀ ਦੇ ਨਾਲ, ਅਤੇ ਪੁੱਛਦੇ ਹਾਂ ਕਿੱਦਾਂ ਦਾ ਰਿਹਾ ਉਹਨਾਂ ਦਾ ਇਹ ਸਫ਼ਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਹੈ ਤੁਹਾਡਾ? ਸੰਦੀਪ ਕੌਰ। ਅੱਛਾ ਸੰਦੀਪ, ਤੁਸੀਂ ਹੀ ਹੋਗੇ? ਵੀਜ਼ਾ ਪੁਆਇੰਟ ਤੋਂ ਵੀਜ਼ਾ ਅਪਲਾਈ ਕੀਤਾ ਹੋਇਆ ਸੀ? ਹਾਂਜੀ। ਤੁਹਾਡਾ ਵੀਜ਼ਾ ਆ ਗਿਆ ਯੂਕੇ ਦਾ ਜੀ? ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਆ ਜਾਓ। ਅੱਛਾ, ਜਸਮਿਨ ਜੀ ਨੂੰ ਆਵਾਜ਼ ਮਾਰੀ, ਕੌਣ ਹੈ? ਮੇਰੇ ਹਸਬੈਂਡ ਹੈ ਜੀ। ਅਰੇ ਜਸਮਿਨ ਜੀ, ਸਤਿ ਸ਼੍ਰੀ ਅਕਾਲ। ਆ ਵੀਜ਼ਾ ਆ ਗਿਆ ਜੀ ਤੁਹਾਡੇ ਮਿਸਿਜ਼ ਦਾ, ਲਓ ਦੇਖ ਲਓ ਜੀ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਵਧਾਈਆਂ ਮੈਂ ਦੇਣਾ ਆਇਆ ਤੁਹਾਨੂੰ। ਤੁਹਾਨੂੰ ਜੀ ਬਹੁਤ ਬਹੁਤ ਜੀ। ਇੱਕ ਗੱਲ ਤਾਂ ਤੁਸੀਂ ਸੁਣੀ ਹੋਣੀ ਹੈ ਕਿ ਅੰਬਰਾਂ ਨੂੰ ਹੱਥ ਵੀ ਹੈ ਲੱਗ ਸਕਦਾ, ਪਰ ਜਨੂਨ ਹੋਣਾ ਚਾਹੀਦਾ। ਆ ਤੁਹਾਡਾ ਵੀ ਇਸ ਤਰ੍ਹਾਂ ਵੀਜ਼ਾ ਹੈ ਲੱਗ ਸਕਦਾ, ਪਰ ਤੁਹਾਨੂੰ ਵੀਜ਼ਾ ਪੁਆਇੰਟ 'ਤੇ ਆਉਣ ਦਾ ਸਫ਼ਰ ਤੈਅ ਕਰਨਾ ਪਏਗਾ। ਇਹ ਸਫ਼ਰ ਤੈਅ ਕੀਤਾ ਸੰਦੀਪ ਕੌਰ ਜੀ ਦੇ ਨੇ, ਔਰ ਇਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸੰਦੀਪ ਜੀ, ਆ ਵੀਜ਼ਾ ਆ ਫੜੋ ਜੀ, ਤੁਹਾਡੇ ਹੱਥ ਦੇ ਵਿੱਚ ਸਟੈਂਪ ਚੈੱਕ ਕਰ ਲਓ, ਸਹੀ ਲੱਗੀ ਹੋਈ ਯੂਕੇ ਦੀ? ਹਾਂਜੀ। ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੇਰਾ ਮਤਲਬ ਸੁਪਨਾ ਆਖਿਰਕਾਰ ਪੂਰਾ ਹੋ ਗਿਆ, ਜਿਹਨੂੰ ਮਤਲਬ ਮੈਂ ਬਹੁਤ ਟਾਈਮ ਤੋਂ ਸੰਜੋਇਆ ਸੀਗਾ। ਮਤਲਬ ਬਹੁਤ ਟਾਈਮ ਇਹੋ ਜਿਹਾ ਵੀ ਆਇਆ ਜਿੱਥੇ ਮਤਲਬ ਕੋਈ ਹੈ ਨਹੀਂ ਸੀ, ਮਤਲਬ ਹੋਪ ਨਹੀਂ ਸੀ, ਬਟ ਵੀਜ਼ਾ ਪੁਆਇੰਟ ਦੀ ਹੈਲਪ ਨਾਲ ਮਤਲਬ ਮੇਰਾ ਇਹ ਸਕਸੈਸ ਹੋਇਆ ਸੁਪਨਾ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜੀ। ਅਗਰ ਆਪਾਂ ਗੱਲ ਕਰੀਏ ਤਾਂ ਇਹ ਸੋਚਿਆ ਕਿਹਨੇ ਸੀਗਾ ਵਿਦੇਸ਼ ਜਾਣ ਬਾਰੇ ਵੀ ਤੁਸੀਂ ਵਿਦੇਸ਼ ਜਾਣਾ? ਇਹ ਮਤਲਬ ਮੇਰਾ ਮੈਰਿਜ ਤੋਂ ਪਹਿਲਾਂ ਦਾ ਹੀ ਸੁਪਨਾ ਸੀਗਾ ਇਹ ਸੁਪਨਾ, ਫਿਰ ਮੈਂ ਆਪਣੇ ਹਸਬੈਂਡ ਨਾਲ ਵੀ ਸ਼ੇਅਰ ਕੀਤਾ। ਇਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ, ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਅਤੇ ਇਹਨਾਂ ਦੀ ਸਪੋਰਟ ਵੀ ਮੈਨੂੰ ਮਤਲਬ ਬਹੁਤ ਜ਼ਿਆਦਾ ਸੀਗੀ। ਇਸੇ ਕਰਕੇ ਅੱਜ ਮੈਂ ਸੋਚ ਰਹੀ ਹਾਂ ਵੀ ਇਹਨਾਂ ਦੀ ਸਪੋਰਟ ਅਤੇ ਵੀਜ਼ਾ ਪੁਆਇੰਟ ਦੀ ਸਪੋਰਟ ਨਾਲ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਜੀ। ਆਇਸ ਕਰਨ ਤੋਂ ਬਾਅਦ ਫਿਰ ਤੁਸੀਂ ਹੁਣ ਕਿਹੜੇ ਕਾਲਜ ਦੇ 'ਚ ਔਰ ਕਿੱਥੇ ਜਾ ਰਹੇ ਹੋ ਤੁਸੀਂ? ਮੈਂ ਹੁਣ ਜਾ ਰਹੀ ਹਾਂ ਜੀ ਯੂਕੇ ਦੇ ਵਿੱਚ। ਯੂਕੇ ਦੇ ਵਿੱਚ ਮੇਰਾ ਕਾਲਜ ਹੈਗਾ ਜੀ ਏਸੈਕਸ ਯੂਨੀਵਰਸਿਟੀ, ਐਂਡ ਉੱਥੇ ਮੇਰਾ ਕੋਰਸ ਹੈਗਾ ਜੀ ਮਾਸਟਰ ਆਫ ਬਿਜ਼ਨਸ ਮੈਨੇਜਮੈਂਟ। ਇੱਕ ਸਟੋਰੀ ਵੀ ਹੈਗੀ ਹੈ ਵੀ ਕਿਵੇਂ ਤੁਹਾਨੂੰ ਪਤਾ ਲੱਗਿਆ ਵੀਜ਼ਾ ਪੁਆਇੰਟ ਦਾ, ਉਹਦੇ ਬਾਰੇ ਦੱਸੋ। ਹਾਂਜੀ, ਅਸੀਂ ਇੱਕ ਵਾਰੀ ਮਤਲਬ ਹੋਪ ਸਾਡੀ ਖਤਮ ਸੀ ਵੀ ਆਇਲਸ ਐਕਸਪਾਇਰ ਹੋਣ ਵਾਲੀ ਸੀ ਮੇਰੀ, ਅਤੇ ਮਤਲਬ ਨਵੰਬਰ ਦੇ ਵਿੱਚ ਮੇਰੀ ਆਇਲਸ ਐਕਸਪਾਇਰ ਹੋ ਜਾਣੀ ਸੀ 23 ਨਵੰਬਰ ਨੂੰ, ਅਤੇ ਹੁਣ ਨਵੰਬਰ ਦੀ ਅੱਜ ਅਰਾਊਂਡ ਹੋ ਗਈ ਹੈ, ਹਾਂਜੀ ਅੱਜ 6 ਹੋ ਗਈ ਹੈ, ਅਤੇ 23 ਦੀ ਮੇਰੀ ਆਇਲਸ ਐਕਸਪਾਇਰ ਸੀ,
ਸੋ ਮਤਲਬ ਉਸ ਟਾਈਮ ਮਤਲਬ ਅਸੀਂ ਸੋਚਿਆ ਨਹੀਂ ਸੀ ਵੀ ਸਾਡੇ ਹੱਥ 'ਚ ਇੰਨੀ ਜਲਦੀ ਵੀਜ਼ਾ ਆ ਜਾਊਗਾ, ਸਾਨੂੰ ਇਹ ਸੀ ਵੀ ਆਈਲਸ ਐਕਸਪਾਇਰ ਹੋ ਜੂਗੀ। ਬਟ ਅਸੀਂ ਮਤਲਬ ਰਸਤੇ 'ਚ ਜਾ ਰਹੇ ਸੀ, ਜਿਵੇਂ ਮਤਲਬ ਹੋਪ ਟੁੱਟਣ ਤੋਂ ਬਾਅਦ ਇੱਕ ਵਾਰੀ ਤਾਂ ਅਸੀਂ ਮਤਲਬ ਦੋ ਵਾਰੀ ਰਿਫਿਊਜ਼ਲ ਆ ਗਈਆਂ ਸੀ ਸਾਡੀਆਂ ਕੈਨੇਡਾ ਤੋਂ, ਤਾਂ ਮਤਲਬ ਅਸੀਂ ਲੀਵ ਕਰਤਾ ਸੀ ਸੁਪਨਾ ਆਪਣਾ, ਅਤੇ ਅਸੀਂ ਰਸਤੇ 'ਚ ਜਾ ਰਹੇ ਸੀਗੇ। ਮੈਂ ਕਾਲਜ ਸਕੂਲ ਜੁਆਇਨ ਕਰ ਲਿਆ, ਇਹ ਮੈਨੂੰ ਡਰੋਪ ਕਰਨ ਜਾ ਰਹੇ ਸੀਗੇ, ਅਤੇ ਰਸਤੇ 'ਚ ਮੈਨੂੰ ਇਹਨਾਂ ਨੇ ਮੈਨੂੰ ਵਾਹੀਆ ਸਰ ਦੀ ਐਡ ਦਿਖਾਈ, ਇਹ ਕਹਿੰਦੇ ਕਿ ਆਪਾਂ ਇੱਕ ਵਾਰੀ ਯੂਕੇ ਦਾ ਟਰਾਈ ਕਰਕੇ ਦੇਖਦੇ ਹਾਂ ਵੀ ਆਪਾਂ ਚੱਲਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਮਤਲਬ ਜੋ ਵੀ ਤੁਹਾਡੇ ਰੂਲਸ ਰੈਗੂਲੇਸ਼ਨ ਹੈ ਠੀਕ ਹੈ, ਸਾਨੂੰ ਮਨਜ਼ੂਰ ਹੈ, ਅਸੀਂ ਮਤਲਬ ਅਪਲਾਈ ਕਰਨਾ। ਫਿਰ ਉਹਨਾਂ ਨੇ ਸਰ ਨੇ ਅਪਲਾਈ ਕਰਤਾ, ਵਿਦ ਇਨ 1 month ਮਤਲਬ ਸਾਡਾ ਵੀਜ਼ਾ ਸਾਡੇ ਹੱਥ 'ਚ ਆ। ਫਾਈਲ ਅਸੀਂ ਜਮ੍ਹਾਂ ਕਰਵਾ ਕੇ ਆਏ ਸੀਗੇ ਮੰਡੇ ਨੂੰ, ਅਤੇ ਨੈਕਸਟ ਮੰਡੇ ਤੋਂ ਪਹਿਲਾਂ ਹੀ ਸਾਡੇ ਹੱਥ ਦੇ ਵਿੱਚ ਵਿਦ ਇਨ 5 days ਸਾਡੇ ਹੱਥ 'ਚ ਸਾਡੇ ਯੂਕੇ ਦਾ ਵੀਜ਼ਾ ਆ ਗਿਆ ਸੀਗਾ। ਜਾ ਕਦੋਂ ਰਹੇ ਤੁਸੀਂ? ਮੈਂ 11 ਨੂੰ ਫਲਾਈ ਕਰ ਰਹੀ ਹਾਂ ਜੀ, 11 ਨਵੰਬਰ। ਹਾਂਜੀ, ਕਿਤੇ ਤਾਂ ਦੇਖੋ ਨਵੰਬਰ ਦੇ 'ਚ ਇਹਨਾਂ ਦਾ ਆਇਲਸ ਐਕਸਪਾਇਰ ਹੋਣਾ ਸੀਗਾ, ਔਰ ਕਿਤੇ ਇਹ ਨਵੰਬਰ ਦੇ ਵਿੱਚ ਫਲਾਈ ਕਰ ਰਹੇ ਨੇ, ਯੂਕੇ ਜਾ ਰਹੇ ਨੇ। ਹੁਣ ਤੁਸੀਂ ਵੀ ਦੇਖਣਾ, ਤੁਸੀਂ ਇੰਤਜ਼ਾਰ ਕਰ ਰਹੇ ਹੋ ਆਪਣੀ ਆਇਲਸ ਐਕਸਪਾਇਰ ਹੋਣ ਦਾ, ਜਾਂ ਤੁਸੀਂ ਵੀ ਇਹਨਾਂ ਦੀ ਤਰ੍ਹਾਂ ਹੌਸਲਾ ਕਰੋਗੇ ਔਰ ਵੀਜ਼ਾ ਪੁਆਇੰਟ 'ਤੇ ਪਹੁੰਚੋਗੇ ਅਤੇ ਆਪਣਾ ਵੀਜ਼ਾ ਲਗਵਾਓਗੇ। ਤਾਂ ਆਪਾਂ ਗੱਲ ਕਰਦੇ ਹੁਣ ਇਹਨਾਂ ਦੇ ਹਸਬੈਂਡ ਦੇ ਨਾਲ। ਅਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਸੰਦੀਪ ਕੌਰ ਜੀ ਦੇ ਹਸਬੈਂਡ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਜਸਮੀਨ ਸਿੰਘ ਜੀ। ਜਸਮੀਨ ਜੀ, ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਵੀਜ਼ਾ ਪੁਆਇੰਟ ਤੱਕ ਕਿਵੇਂ ਪਹੁੰਚੇ? ਅਸੀਂ ਵੀਜ਼ਾ ਪੁਆਇੰਟ ਤੱਕ ਅਸੀਂ ਐਡ ਦੇਖੀ ਸਰ ਦੀ ਐਡ ਦੇਖੀ ਫੇਸਬੁੱਕ 'ਤੇ, ਨਵਪ੍ਰੀਤ ਬਾਈਆ ਸਰ ਦੀ। ਅਸੀਂ ਰਸਤੇ ਵਿੱਚ ਜਾ ਰਹੇ ਸੀ, ਮੈਂ ਸਕੂਲ ਛੱਡਣ ਜਾ ਰਿਹਾ ਸੀ ਨੂੰ ਹੀ, ਅਤੇ ਰਸਤੇ ਵਿੱਚ ਐਡ ਦੇਖੀ ਅਸੀਂ ਜਾਂਦੇ ਸੀ, ਅਤੇ ਮੈਂ ਗੱਲ ਕੀਤੀ ਸੁਨੀਪ ਨਾਲ। ਇਹ ਤਾਂ ਬਹੁਤ ਟੁੱਟ ਚੁੱਕੇ ਸੀ, ਇਹ ਕਹਿੰਦੇ ਸੀ ਨਹੀਂ ਆਪਾਂ ਇਸ ਤੋਂ ਬਾਅਦ ਨਹੀਂ ਟਰਾਈ ਕਰਨਾ। ਅਸੀਂ 2-3 ਵਾਰ ਪਹਿਲਾਂ ਵੀ ਟਰਾਈ ਕਰ ਚੁੱਕੇ ਸੀਗੇ। ਅਸੀਂ ਬੱਸ ਦੇ ਵਿੱਚ ਗੱਲਬਾਤ ਕੀਤੀ, ਮੈਂ ਕਿਹਾ ਨਹੀਂ ਆਪਾਂ ਚੱਲਦੇ ਹਾਂ। ਅਸੀਂ ਗਏ ਸਰ ਕੋਲ, ਸਰ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਜੀ, ਅਤੇ ਅਸੀਂ ਸਰ ਕੋਲ ਫਾਈਲ ਲਗਾਈ, ਅਸੀਂ ਫੰਡ ਸ਼ੋਅ ਕੀਤੇ ਜੀ। ਫੰਡ ਸ਼ੋਅ ਕਰਨ ਤੋਂ ਬਾਅਦ ਹੀ, ਮੈਡੀਕਲ ਤੋਂ ਬਾਅਦ ਹੀ ਅਸੀਂ ਫਾਈਲ ਲਗਾ ਕੇ ਆਏ ਜੀ। ਜਾ ਕੇ ਫਾਈਲ ਲਗਾਈ ਅੰਬੈਸੀ ਦੇ ਵਿੱਚ ਅਸੀਂ ਗਏ, ਅਤੇ ਫਾਈਲ ਲਗਾਉਣ ਤੋਂ ਬਾਅਦ 6 ਦਿਨ ਬਾਅਦ ਹੀ ਸਾਡਾ ਵੀਜ਼ਾ ਆ ਗਿਆ। 6 ਦਿਨ ਬਾਅਦ ਵੀਜ਼ਾ ਆ ਗਿਆ? 6 ਦਿਨ ਬਾਅਦ ਵੀਜ਼ਾ ਸਾਡੇ ਹੱਥ 'ਚ ਆ ਗਿਆ ਸੀ। ਕਿਆ ਬਾਤ ਹੈ! ਅੱਛਾ, ਕੋਈ ਚੱਕਰ ਤਾਂ ਨਹੀਂ ਫਾਲਤੂ ਕਟਾਏ? ਸਰਵਿਸ ਕਿੱਦਾਂ ਦੀ ਲੱਗੀ ਹੈ ਦੱਸੋ? ਸਰਵਿਸ ਬਹੁਤ ਵਧੀਆ ਜੀ, ਕੋਈ ਫਾਲਤੂ ਚੱਕਰ ਕੋਈ ਨਹੀਂ ਟਵਾਈ ਜੀ ਸਾਡੀ। ਹਾਂਜੀ, ਤਾਂ ਇਹ ਜਿਹੜੇ ਕਿ ਨੇ ਜਸਮੀਨ ਔਰ ਸੰਦੀਪ ਜੀ ਦੀ ਫੈਮਿਲੀ ਮੈਂਬਰ ਵੀ ਬਹੁਤ ਵਧੀਆ ਨੇ, ਬਹੁਤ ਸਪੋਰਟ ਕਰ ਰਹੇ ਨੇ। ਆਓ ਉਹਨਾਂ ਦੇ ਨਾਲ ਕਰਦੇ ਹਾਂ ਕੁਛ ਗੱਲਬਾਤ। ਅਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਸੰਦੀਪ ਦੇ ਸੱਸ ਅਤੇ ਸਹੁਰਾ ਸਾਹਿਬ ਨਾਲ, ਯਾਨੀ ਕਿ ਇੱਧਰ ਵਾਲੇ ਮਾਪੇ। ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਂਟੀ ਇਹ ਦੱਸੋ ਕਿਵੇਂ ਲੱਗ ਰਿਹਾ ਸੰਦੀਪ ਜੀ ਜਾ ਰਹੇ ਨੇ ਵਿਦੇਸ਼? ਹਾਂਜੀ, ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਜੀ, ਸਾਡੀ ਬੇਟੀ ਵਿਦੇਸ਼ ਚੱਲੀ ਆ ਜੀ। ਨਹੀਂ, ਇਸ ਗੱਲ ਦੀ ਖੁਸ਼ੀ ਹੈ ਉਹ ਵਿਦੇਸ਼ ਚੱਲੀ ਹੈ ਕਿ ਮਗਰ ਤੁਹਾਨੂੰ ਬੁਲਾਇਆ ਗਿਆ, ਇਸ ਗੱਲ ਦੀ ਖੁਸ਼ੀ ਹੈ? ਹਾਂਜੀ, ਉਹ ਵੀ ਸਾਨੂੰ ਖੁਸ਼ੀ ਹੈ ਜੀ, ਸਾਨੂੰ ਵੀ ਬੁਲਾਊਗੀ ਜੀ ਮਗਰ। ਇੱਕ ਮਿੰਟ, ਹੁਣ ਇਹਦਾ ਇੱਕ ਥੋੜ੍ਹਾ ਜਿਹਾ ਭੁਗਤਾਨ ਵੀ ਕਰਨਾ ਪੈਣਾ ਵੀ ਇੱਥੇ ਜਦੋਂ ਸੰਦੀਪ ਰਹਿੰਦੀ ਹੈ ਤੁਹਾਡੇ ਨਾਲ, ਸਾਰੇ ਕੰਮ ਕਰਾਉਂਦੀ ਹੈ, ਕਰਦੇ ਹੁਣ ਸਾਰੇ ਕੰਮ ਤੁਹਾਨੂੰ ਕਰਨੇ ਪੈਣਗੇ, ਹੁਣ ਦੱਸੋ ਕਿੱਦਾਂ ਲੱਗ ਰਿਹਾ? ਨਹੀਂ, ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਤਾਂ ਬੇਟੀ ਬਣਾ ਕੇ ਰੱਖੀ ਸੀ, ਮੈਂ ਕਦੇ ਵੀ ਸੰਦੀਪ ਨੂੰ ਕੋਈ ਕੰਮ ਬਾਰੇ ਨਹੀਂ ਕਿਹਾ ਸੀ, ਮੈਂ ਤਾਂ ਆਹ ਬਹੁਤ ਬਹੁਤ ਜ਼ਿਆਦਾ ਕੰਮ ਕਰ ਲੈਂਦੀ ਹਾਂ ਜੀ। ਬਿਲਕੁਲ ਲੱਗਦਾ ਵੀ ਭੈਣ ਸਲਿਮ ਐਂਡ ਟ੍ਰਿਮ ਆਂਟੀ ਜੀ। ਮੈਂ ਕਹਿੰਦਾ ਜਦੋਂ ਅਸੀਂ ਪਹੁੰਚੇ ਸਾਡੀ ਇੰਨੀ ਸੇਵਾ ਕੀਤੀ ਆਂਟੀ ਨੇ, ਮਜ਼ਾ ਹੀ ਆ ਗਿਆ ਜੀ। ਅਤੇ ਵੀਜ਼ਾ ਪੁਆਇੰਟ ਬਾਰੇ ਦੱਸੋ ਕਿੱਦਾਂ ਦੀ ਲੱਗੀ ਇਹਨਾਂ ਦੀ ਸਰਵਿਸ? ਸਾਨੂੰ ਬਹੁਤ ਵਧੀਆ ਲੱਗੀ ਜੀ। ਅਸੀਂ ਫੋਨ 'ਤੇ ਇਹਨਾਂ ਦੀ ਐਡ ਦੇਖੀ, ਤਾਂ ਬੱਚਿਆਂ ਨੇ ਮੈਨੂੰ ਦੱਸਿਆ ਕਿ ਵੀ ਮੰਮਾ ਬਹੁਤ ਵਧੀਆ ਐਡ ਆ, ਅਤੇ ਮੈਂ ਕਿਹਾ ਬੇਟਾ ਜ਼ਰੂਰ ਤੁਸੀਂ ਅਪਲਾਈ ਕਰਕੇ ਦੇਖੋ, ਅਤੇ ਸਾਡਾ ਵੀਜ਼ਾ ਆ ਗਿਆ ਜੀ। 6 ਦਿਨਾਂ ਦੇ ਵਿੱਚ ਸਾਡਾ ਵੀਜ਼ਾ ਆ ਗਿਆ ਜੀ, ਦੇਖੋ ਅਸੀਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਜੀ। ਐਕਸਾਈਟਮੈਂਟ ਦੇਖ ਰਹੇ ਹੋ, ਮੇਰੇ ਨਾਲ ਜ਼ਿਆਦਾ ਆਵਾਜ਼ ਆ ਆਂਟੀ ਦੀ, ਜ਼ਿਆਦਾ ਖੁਸ਼ ਹਾਂ ਜੀ। ਅਸੀਂ ਤਾਂ ਸਿਰਫ 6 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਜੀ ਸਾਡਾ। ਆਂਟੀ ਜ਼ਿਆਦਾ ਕਾਲੇ ਨੇ ਜਾਣ ਵਾਲੇ, ਤੁਸੀਂ ਨਾਲ ਇਕੱਠੇ ਜਾਓਗੇ ਕਿ ਪਹਿਲਾਂ ਆਂਟੀ ਨੂੰ ਭੇਜੋਗੇ? ਆਂਟੀ ਨੂੰ ਭੇਜਾਂਗੇ, ਆਂਟੀ ਨੂੰ ਭੇਜਾਂਗੇ। ਹਾਂਜੀ ਹਾਂਜੀ, ਤੁਸੀਂ ਫਿਰ ਸਭ ਤੋਂ ਬਾਅਦ ਚੋਂ ਘਰ ਬਾਰ ਸਾਰਾ ਸੰਭਾਲ ਕੇ? ਹਾਂਜੀ ਹਾਂਜੀ, ਘਰ ਬਾਰ ਸਾਂਭ ਕੇ ਜਾਵਾਂਗੇ। ਲਓ ਜੀ, 6 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ, ਬਹੁਤ ਵਧੀਆ ਸਕਸੈਸ ਰੇਟ ਚੱਲ ਰਹੀ ਹੈ।
ਤੁਸੀਂ ਵੀ ਹੁਣ ਦੇਰ ਨਾ ਕਰੋ, ਤਿਆਰੀ ਕਰੋ। ਜਿਵੇਂ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ, ਉਵੇਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਆ ਸਕਦੀਆਂ ਨੇ। ਠੀਕ ਠੀਕ ਹੈ। ਅਤੇ ਉਹ ਹੁਣ ਆਪਾਂ ਗੱਲ ਕਰਦੇ ਹਾਂ ਸੰਦੀਪ ਦੇ ਬ੍ਰਦਰ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਜਤਿੰਦਰ ਜੀ, ਫਿਲਮਾਂ 'ਚ ਕੰਮ ਕੀਤਾ ਕਿ ਵੈਸੇ ਜਤਿੰਦਰ ਰੱਖਿਆ ਨਾ? ਨਹੀਂ, ਨਾਮ ਹੀ ਜਤਿੰਦਰ ਆ ਜੀ, ਫਿਲਮਾਂ 'ਚ ਕੰਮ ਤਾਂ ਨਹੀਂ ਬਿਲਕੁਲ ਵੀ ਕੀਤਾ। ਅਤੇ ਕਿੱਥੇ ਰਹਿੰਦੇ ਹੋ ਤੁਸੀਂ? ਆਪਣਾ ਵੀ ਪਿੰਡ ਇਹੀ ਹੈ ਜੀ, ਸਰਾਵਾਂ। ਹਾਂਜੀ। ਅਤੇ ਸੰਦੀਪ ਜਿਹੜਾ ਕਿ ਇਹ ਜਾ ਰਹੇ ਵਿਦੇਸ਼, ਦੇਖੋ ਗੱਲ ਐਵੇਂ, ਅਸੀਂ ਕਈ ਵੀਡੀਓ ਸ਼ੂਟ ਕੀਤੀਆਂ ਨੇ ਵੀ ਲੜਕੀਆਂ ਅਨਮੈਰਿਡ ਹੁੰਦੀਆਂ ਨੇ ਉਹ ਵੀ ਜਾਂਦੀਆਂ ਨੇ ਵਿਦੇਸ਼। ਉਹ ਸਭ ਤੋਂ ਪਹਿਲਾਂ ਵਿਦੇਸ਼ ਜਾਣ ਤੋਂ ਬਾਅਦ ਆਪਣੇ ਭਰਾਵਾਂ ਨੂੰ, ਆਪਦੇ ਮਾਂ ਪਿਓ ਨੂੰ ਬੁਲਾਉਂਦੀਆਂ ਨੇ ਉੱਥੇ ਵਿਦੇਸ਼। ਅਤੇ ਹੁਣ ਸੰਦੀਪ ਚੱਲੀ ਹੈ, ਸੰਦੀਪ ਜੀ ਦੇ ਹਸਬੈਂਡ ਨੇ, ਉਹਨਾਂ ਦੀ ਸੱਸ ਪਹਿਲਾਂ ਤਿਆਰ ਹੈ ਜਾਣ ਨੂੰ, ਬੜਾ ਉਤਾਵਲੇ ਹੈਗੇ ਨੇ, ਉਹਨਾਂ ਦੇ ਸੱਸ ਸਹੁਰਾ ਵੀ ਜਾ ਰਹੇ ਨੇ। ਤੁਹਾਡਾ ਨੰਬਰ ਤਾਂ ਕਾਫੀ ਲੇਟ ਆਏਗਾ, ਕਿੱਦਾਂ ਲੱਗ ਰਿਹਾ? ਕੋਈ ਗੱਲ ਨਹੀਂ, ਫਿਰ ਨਹੀਂ, ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੀ ਸਿਸਟਰ ਦਾ ਵੀਜ਼ਾ ਲੱਗ ਗਿਆ, ਕਿਉਂਕਿ ਅਸੀਂ ਕਾਫੀ ਟਾਈਮ ਦੇ ਟਰਾਈ ਕਰਦੇ ਸੀ, ਕਈ ਕੰਸਲਟੈਂਟ ਦੇ ਕੋਲ ਅਸੀਂ ਬਹੁਤ ਧੱਕੇ ਖਾਧੇ ਆ, ਪਰ ਆਖਿਰਕਾਰ ਇਹ ਵੀਜ਼ਾ ਪੁਆਇੰਟ ਵਾਲੇ ਸਾਡੀ ਗੱਲ ਸੁਣੀ ਹੈ ਅਤੇ ਸਾਡਾ ਵੀਜ਼ਾ ਆਇਆ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਚਲੋ ਨੰਬਰ ਹੌਲੀ ਹੌਲੀ ਸਾਰਿਆਂ ਦਾ ਹੀ ਆ ਜਾਣਾ ਜੀ। ਨੰਬਰ ਸਾਰਿਆਂ ਦਾ, ਉਮੀਦ ਹਾਲੇ ਵੀ ਬਾਕੀ ਹੈ। ਹਾਂਜੀ ਹਾਂਜੀ, ਉਮੀਦ ਦੁਨੀਆ ਟਿੱਕੀ ਹੋਈ ਆ, ਕੋਈ ਗੱਲ ਨਹੀਂ। ਹਾਂਜੀ, ਪਹਿਲਾਂ ਜਿੰਨਾ ਇੰਨਾ ਮਿਹਨਤ ਕੀਤੀ ਆ, ਪਹਿਲਾਂ ਵਾਰੀ ਇਹਨਾਂ ਦੀ ਆ ਜੀ, ਉਸ ਤੋਂ ਬਾਅਦ ਸਾਡੀ। ਮਤਲਬ ਤਿਆਰੀ ਪੂਰੀ ਹੈ ਸਾਰੇ ਪਰਿਵਾਰ ਦੀ ਜਾਣ ਦੀ, ਤਾਂ ਬਹੁਤ ਵਧੀਆ ਲੱਗਿਆ ਸਰ ਤੁਹਾਨੂੰ ਮਿਲ ਕੇ, ਮਜ਼ਾ ਆ ਗਿਆ ਜੀ। ਖੁਸ਼ੀਆਂ ਵੰਡਣ ਨਾਲ ਵੱਧਦੀਆਂ ਨੇ ਅਤੇ ਦੁੱਖ ਵੰਡਣ ਨਾਲ ਘਟਦਾ ਹੈ। ਤਾਂ ਅੱਜ ਅਸੀਂ ਖੁਸ਼ੀਆਂ ਵੰਡਣ ਲਈ ਆਏ ਸੀ ਵੀਜ਼ਾ ਪੁਆਇੰਟ ਦੀ ਟੀਮ, ਜਿਹੜੀ ਕਿ ਪਹੁੰਚੀ ਸੀ ਮਲੋਟ ਸ਼ਹਿਰ ਦੇ ਨੇੜੇ, ਪਿੰਡ ਸਰਾਵਾਂ ਬੋਦਲਾ ਟਾਣੀ ਲਾਇਲਪੁਰੀਆ ਦੇ ਵਿੱਚ। ਸੰਦੀਪ ਕੌਰ ਦਾ ਵੀਜ਼ਾ ਆਇਆ, ਅਸੀਂ ਵੀਜ਼ਾ ਦਿੱਤਾ, ਉਹਨਾਂ ਦੇ ਫੈਮਿਲੀ ਮੈਂਬਰਸ ਦੇ ਨਾਲ ਗੱਲਬਾਤ ਵੀ ਕੀਤੀ। ਸਾਰੇ ਫੈਮਿਲੀ ਮੈਂਬਰ ਬਹੁਤ ਖੁਸ਼ ਨੇ, ਵੀਜ਼ਾ ਪੁਆਇੰਟ ਦੀ ਸਰਵਿਸ ਤੋਂ ਬਹੁਤ ਜ਼ਿਆਦਾ ਖੁਸ਼ ਨੇ ਨਾਲੇ। ਹੁਣ ਮੈਂ ਇੱਥੇ ਇੱਕ ਗੱਲ ਦੱਸਣਾ ਚਾਹਾਂਗਾ, ਸਾਡੇ ਵੀਜ਼ਾ ਪੁਆਇੰਟ ਦੇ MD ਸਾਹਿਬ ਨਵਪ੍ਰੀਤ ਬਾਈਆ ਜੀ ਹੁਣੇ ਹੀ ਐਬਰੋਡ ਜਾ ਕੇ ਆਏ ਨੇ, ਫੋਰਨ ਕਈ ਯੂਨੀਵਰਸਿਟੀਜ਼ ਵਿੱਚ ਜਾ ਕੇ ਆਏ ਨੇ, ਕਈ ਨਵੇਂ ਟਾਈਅਪਸ ਕਰਕੇ ਆਏ ਨੇ, ਕਈ ਨਵੀਆਂ ਜਾਣਕਾਰੀਆਂ ਨੇ, ਕਿਉਂਕਿ ਬਿਨਾਂ ਤੁਸੀਂ ਆਇਲਸ ਤੋਂ ਵੀ ਵਿਦੇਸ਼ ਜਾ ਸਕਦੇ ਹੋ, ਘੱਟ ਬੈਂਡ ਨੇ ਤਾਂ ਵੀ ਜਾ ਸਕਦੇ ਹੋ। ਤੁਸੀਂ ਕਰਨਾ ਕੀ ਹੈ, ਸਿਰਫ ਸਕਰੀਨ ਦੇ ਨੀਚੇ ਫਲੈਸ਼ ਹੋ ਰਹੇ ਕਿਸੇ ਵੀ ਨੰਬਰ 'ਤੇ ਹੁਣੇ ਕਾਲ ਕਰੋ ਅਤੇ ਗੱਲ ਕਰੋ ਸਿੱਧਾ ਨਵਪ੍ਰੀਤ ਬਾਈਆ ਜੀ ਦੇ ਨਾਲ, ਔਰ ਇਹਨਾਂ ਦੀ ਤਰ੍ਹਾਂ ਹੀ ਵੀਜ਼ਾ ਲਵਾਓ ਅਤੇ ਪਹੁੰਚੋ ਵਿਦੇਸ਼, ਅਤੇ ਮੈਂ ਆਵਾਂਗਾ ਤੁਹਾਡਾ ਵੀਜ਼ਾ ਦੇਣ ਤੁਹਾਡੇ ਘਰੇ ਸਿਰਫ ਇੱਕ ਚਾਹ ਦੇ ਕੱਪ ਦੇ ਬਦਲੇ। ਕੀ ਤੁਸੀਂ ਤਿਆਰ ਹੋ? ਬਿਲਕੁਲ ਤਿਆਰ ਹੋ, ਵਿਦੇਸ਼ ਕੌਣ ਨਹੀਂ ਜਾਣਾ ਚਾਹੁੰਦਾ? ਤਾਂ ਲਓ ਜੀ, ਇਸੇ ਦੇ ਨਾਲ ਹੀ ਵਿਦਾ ਦਿਓ ਆਪਣੇ ਦੋਸਤ ਦੇਵ ਸਿਡਾਨਾ ਨੂੰ। ਜਲਦੀ ਮੁਲਾਕਾਤ ਹੋਏਗੀ ਨਵੀਂ ਸਕਸੈਸ ਸਟੋਰੀ ਦੇ ਵਿੱਚ। ਉਹ ਫੇਸ, ਉਹ ਚਿਹਰਾ, ਉਹ ਫੈਮਿਲੀ ਤੁਹਾਡੀ ਵੀ ਹੋ ਸਕਦੀ ਹੈ। ਥੈਂਕ ਯੂ ਵੈਰੀ ਮੱਚ ਐਂਡ ਜੈ ਹਿੰਦ।